ਸਾਰੇ ਜਨਾਨੀ ਦਾ ਦੇਖੋ ਸਾਰੇ ਕੱਪੜੇ ਪਾੜ ਦਿੱਤੇ ਆ ਦੇਖੋ ਆ ਦੇਖੋ ਬਦਮਾਸ਼ ਬਣੇ ਪਏ ਆ ਦੇਖੋ ਸਾਰੀ ਜਨਾਨੀ ਦੇ ਕੱਪੜੇ ਪਾੜੇ ਆ ਆ ਦੇਖੋ ਆ ਦੇਖੋ ਬੰਦੇ ਲੈ ਕੇ ਆ ਦੇਖੋ ਦੇਖੋ ਜਰਾ ਮੁੰਡੇ ਲੈ ਕੇ ਆਏ ਆ ਠੀਕ ਆ ਸਾਰੀ ਜਨਾਨੀ ਨੰਗੀ ਕੀਤੀ ਇਹਨਾਂ ਨੇ ਮੁੰਡਿਆਂ ਨੇ ਆ ਦੇਖੋ ਆ ਦੇਖੋ ਦੇਖੋ ਇਹ ਇਹਨਾਂ ਨੇ ਹਾਲ ਕੀ ਕੀਤਾ ਆ ਵਾਲੇ ਨੀਲੇ ਨੇ ਆ ਜਿਹੜਾ ਖੜਾ ਡੱਬੀਆਂ ਵਾਲਾ ਦੇਖੋ ਕਿੱਥੇ ਗਿਆ ਆ ਦੇਖੋ ਮੁੰਡੇ ਸੱਤੇ ਇਹਨਾਂ ਨੇ ਆ ਮੱਲੇ ਸਾਰਾ ਮੱਲਾ ਖੜਾ ਦੇਖੋ 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 ਇਹ ਚ ਬੈਟਰੀ ਨਹੀਂ ਹੁੰਦੀ ਆਦਮੀ ਦਾ ਵੀਡੀਓ ਦੇਖੋ ਹਾਲ ਦੇਖੋ ਜਨਾਨੀ ਇਹਨਾਂ ਨੇ ਕਹਿੰਦੇ ਹਾਲ ਵੇਖ ਲਿਆ ਕਿੱਦਾਂ ਨੰਗੀ ਕੀਤੀ ਆ ਉਹ ਜਿੰਨਾ ਆ ਕੇ ਸਾਰੇ ਦੇਖੋ ਜਰਾ ਆ ਗਲੀ ਦੇ ਲੈ ਕੇ ਆਇਆ ਬਛਿੰਦੇ ਇਕੱਠੇ ਕਰਕੇ ਬਛਿੰਦੇ ਲੈ ਕੇ ਆਇਆ ਗਲੀ ਦੇ ਇਕੱਠੇ ਕਰਕੇ ਅੰਡੀ ਗਿਲੂ ਤੋੜ ਕੇ ਬਾਲੀ ਦੇ ਰਿਹਾ ਬਣਾ ਫੜ ਤੂੰ ਬਣਾ ਨਹੀਂ ਪਾੜੇ ਕਿੰਨੇ ਆ ਲਖਾਣੀ ਆ ਏਦਾਂ ਲੋਕਾਂ ਦੀਆਂ ਜਨਾਨੀਆਂ ਨੰਗੀਆਂ ਕਰਦੇ ਆ ਏਦਾਂ ਲੋਕਾਂ ਦੀਆਂ ਜਨਾਨੀਆਂ ਨੰਗੀਆਂ ਕਰਦੇ ਤੈਨੂੰ ਸ਼ਰਮ ਨਹੀਂ ਆਉਂਦੀ ਹਟ ਜਾ ਆ ਦੇਖੋ ਆ ਸਾਰੇ ਕੱਪੜੇ ਪਾੜੇ ਆ ਜਨਾਨੀ ਤੇ ਇਹਦੀ ਕੋਈ ਇੱਜ਼ਤ ਨਹੀਂ ਆ ਦੇਖੋ ਬਤਾਓ ਦੇਖੋ ਹਾਂ ਦਾ ਬਹੁ ਕਰੇ ਗਿਆ ਇੱਕ ਲੇਟ ਸੀ ਅੱਜ ਦੇਖੋ ਵਿਧਵਾ ਮਾਂ ਅਤੇ ਉਸਦੇ ਪੁੱਤ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਘਰ ਦੇ ਵਿੱਚ ਵੜ ਕੇ ਗੁਆਂਢੀਆਂ ਨੇ ਹਮਲਾ ਕੀਤਾ ਦੱਸ ਦਈਏ ਕਿ ਨੌਬਤ ਇੱਥੋਂ ਤੱਕ ਆ ਗਈ ਕਿ ਗੁਆਂਢੀਆਂ ਨੇ ਉਸ ਵਿਧਵਾ ਮਾਂ ਦੇ ਕੱਪੜੇ ਤੱਕ ਪਾੜ ਦਿੱਤੇ ਨੇ ਅਤੇ ਹੁਣ ਉਸਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵੀ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਦੱਸ ਦਈਏ ਕਿ ਪੀੜਿਤ ਪਰਿਵਾਰ ਦੇ ਵੱਲੋਂ ਪੁਲਿਸ ਨੂੰ ਵੀ ਸ਼ਿਕਾਇਤ ਦਿੱਤੀ ਗਈ ਪਰ ਪੁਲਿਸ ਦੇ ਵੱਲੋਂ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ ਤਾਂ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਜਿੱਥੇ ਕਿ
ਪਲਾਸਟਿਕ ਦੀ ਡੋਰ ਨੂੰ ਲੈ ਕੇ ਜੋ ਚਾਈਨਾ ਡੋਰ ਹੈ ਉਸ ਨੂੰ ਲੈ ਕੇ ਇਹ ਸਾਰਾ ਵਿਵਾਦ ਭਖਿਆ। ਕਿਹਾ ਜਾ ਰਿਹਾ ਕਿ ਗੁਆਂਢੀ ਜੋ ਨੇ ਉਹ ਜਦੋਂ ਚਾਈਨਾ ਡੋਰ ਦੇ ਨਾਲ ਪਤੰਗ ਉਡਾ ਰਹੇ ਸੀ ਤਾਂ ਅਚਾਨਕ ਹੀ ਇਹ ਮੁੰਡਾ ਹੇਠਾਂ ਖੜਾ ਹੁੰਦਾ, ਇਸ ਦੇ ਗਲ ਦੇ ਵਿੱਚ ਆ ਕੇ ਉਹ ਡੋਰ ਲਿਫਟ ਜਾਂਦੀ ਹੈ ਤੇ ਇਸ ਮੁੰਡੇ ਦੇ ਵੱਲੋਂ ਇਸ ਗੱਲ ਦਾ ਵਿਰੋਧ ਕੀਤਾ ਜਾਂਦਾ ਹੈ ਕਿ ਇਸ ਡੋਰ ਦੇ ਉੱਤੇ ਬੈਨ ਲੱਗਿਆ ਹੋਇਆ। ਸਿਰਫ ਇੰਨਾ ਹੀ ਕਹਿਣ ਦੀ ਦੇਰ ਸੀ ਕਿ ਗੁਆਂਢੀਆਂ ਨੇ ਕੁਝ ਨਾਲ ਆਪਣੇ ਬਦਮਾਸ਼ਾਂ ਦੇ ਮਿਲ ਕੇ ਇਸ ਮੁੰਡੇ ਦੇ ਘਰ ਦੇ ਵਿੱਚ ਵੜ ਕੇ ਹਮਲਾ ਕੀਤਾ। ਪਹਿਲਾਂ ਤਾਂ ਮਾਂ ਦੇ ਉੱਤੇ ਹਮਲਾ ਕੀਤਾ ਜਾਂਦਾ ਤੇ ਉਸਦੇ ਕੱਪੜੇ ਪਾੜ ਦਿੱਤੇ ਜਾਂਦੇ ਨੇ ਤੇ ਫਿਰ ਇਸ ਮੁੰਡੇ ਨੂੰ ਘਰ ਦੇ ਵਿੱਚ ਵੜ ਕੇ ਘੜੀਸਿਆ ਜਾਂਦਾ ਬਾਹਰ ਤੱਕ ਤੇ ਫਿਰ ਉਸ ਤੋਂ ਬਾਅਦ ਕੁੱਟਮਾਰ ਕੀਤੀ ਜਾਂਦੀ। ਸਾਰੀ ਹੀ ਘਟਨਾ ਦੀ ਵੀਡੀਓ ਜੋ ਹੈ ਉਹ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਹੈ ਤਾਂ ਲੁਧਿਆਣੇ ਤੋਂ ਇਹ ਖਬਰ ਸਾਹਮਣੇ ਆਈ ਹੈ। ਜੀ ਕੱਲ੍ਹ ਮਾਰੇ ਘਰ ਮੇ ਘੁਸ ਕੇ ਗੁਆਂਢੀਆਂ ਨੇ ਮੰਮੀ ਦੇ ਕੱਪੜੇ ਫਾੜ ਦਿੱਤੇ ਤੇ ਮੁੰਡੇ ਵੀ ਬਹੁਤ ਜ਼ਿਆਦਾ ਮਾਰਾ ਹੈ ਤੇ ਬਾਹਰਲੇ ਮੁੰਡੇ ਬੁਲਾਏ ਦੇ। ਕਾਰਨ ਕਿਆ ਹੈ ਜੀ? ਇਹੀ ਥੋੜ੍ਹੀ ਜਿਹੀ ਬਾਤ ਕੇ ਲਈ ਲੜਾਈ ਕਰ ਲਈ, ਡੋਰ ਫਸੀ ਤੀ, ਉਹਨੇ ਉਲਟਾ ਹਮੇ ਹੀ ਮਾਰਾ ਔਰ ਬਾਹਰਲੇ ਮੁੰਡੇ ਬੁਲਾ ਕੇ ਦੁਬਾਰਾ ਤੇ ਫਿਰ ਹਮੇ ਹੀ ਮਾਰਾ ਦੁਬਾਰਾ। ਮਾਮਲੇ ਕੀ ਜਾਣਕਾਰੀ ਪੁਲਿਸ ਕੋ ਦੀ? ਹਾਂਜੀ ਦੀ ਦੀ। ਕਿਆ ਕਹਿਣਾ ਪੁਲਿਸ ਕਾ? ਪੁਲਿਸ ਨੇ ਪਹਿਲੇ ਤੋਂ ਜਦ ਹਮ ਗਏ ਸ਼ਾਮ ਕੋ ਹਮਾਰੀ ਰਿਪੋਰਟ ਨਹੀਂ ਲਿਖੀ, ਫਿਰ ਉਸਕੇ ਬਾਅਦ ਹਮਨੇ ਆਪਣਾ ਮੈਡੀਕਲ ਕਰਾਇਆ, ਉਸਕੇ ਬਾਅਦ ਜਾ ਕੇ ਹਮਾਰੀ ਰਿਪੋਰਟ ਲਿਖੀ ਹੈ ਇਹਨਾਂ ਨੇ ਦੁਬਾਰਾ ਅਗਲੇ ਦਿਨ। ਸਾਰਾ ਘਰ ਮੇ ਘੁਸ ਕੇ ਮਾਰੇ ਹੈ, ਪੁਲਿਸ ਕੇ ਪਾਸ ਗਏ ਤੋ ਕੋਈ ਸੁਣਵਾਈ ਨਹੀਂ ਹੋਈ, ਰਿਪੋਰਟ ਨਹੀਂ ਲਿਖੇ, ਸੁਬਹ ਲਿਖੇ। ਆਪ ਆਰੋਪੀਓ ਕੋ ਪਹਿਚਾਨਤੇ ਹੈ? ਹਾਂ। ਪੁਲਿਸ ਕੋ ਸ਼ਿਕਾਇਤ, ਪੁਲਿਸ ਕੋ ਰਿਪੋਰਟ ਨਹੀਂ ਲਿਖਾਈ ਆਪਨੇ? ਲਿਖਾਈ ਹੂੰ, ਆਜ ਲਿਖਾ ਗਿਆ।